ਆ ਫੇਸ ਰਿਵੀਲ ਕਰ ਲਗਿਆ ਭਤੀਜਾ ਭਤੀਜ ਕਿੱਥੇ ਦਾ ਭਤੀਜ ਸਭਾ ਗੈਂਗ ਇਕੱਠੀ ਆ ਗਿਆ ਮਾੜੇ ਮਾੜੇ ਫੁੱਲ ਬਿਲਕੁਲ ਜਮਾਂ ਨਾਰਮਲ ਪੇ ਨਹੀਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਅਸਮ ਤੋਂ ਲੈ ਕੇ ਬੁਲਾਓ ਸ਼ੁਰੂ ਕਰਦੇ ਇਸ ਕਰਕੇ ਘੈਂਟ ਜਾ ਕੇ ਮਿੰਟ ਸਟਾਰਟਿੰਗ ਕਰ ਦਿੱਤਾ ਜਾਵੇ ਇੱਧਰ ਬੰਦੇ ਨੇ ਮੂੰਹ ਢੱਕ ਲਿਆ ਉੱਠਾ ਇਹਨੂੰ ਪੁੱਛਦਾ ਉੱਠ ਕਹਿੰਦਾ ਉੱਠਿਆ ਹੋਇਆ ਇੱਦਾਂ ਕਹਿ ਦਿੰਦੇ ਇਹਨੂੰ ਉੱਠਿਆ ਥੋੜੀ ਕਹਿੰਦੇ ਇਹਨੂੰ ਸੁੱਤਾ ਕਹਿੰਦੇ ਲੰਮੇ ਪਿਆ ਕਹਿੰਦੇ ਆ ਹਨਾ ਇੱਕ ਸਾਡਾ ਸੱਜਣ ਉੱਧਰਲੇ ਪਾਸੇ ਲੰਮੇ ਪਿਆ ਹੋਇਆ ਕਮਰੇ 'ਚ ਉਹਨੂੰ ਦੋ ਵਾਰ ਉਠਾਏ ਆ ਜਦੋਂ ਉਠਾਉਣ ਜਾਈਦਾ ਮੈਂ ਤਾਂ ਸਾਢੇ 9 ਦਾ ਉੱਠਿਆ ਮੂੜੀ ਨਹੀਂ ਇੰਚ ਗਿਆ ਇੰਨੀ ਗੱਲ ਹੋਰ ਕੀ ਕਹਿੰਦਾ चक्कर पै जाना मैं लगता मैं चल चलो जी चक्कर पै गया पांजे दा भी आ गया फोन चल बी चाबी वरना कल मैं जिम नहीं गया वरना चाबी लभे सानू गुरु तैयारी कल की जाएंगे भाई जाएंगे प्रोग्राम करके बैठे पिंड पूरे करते है चल झोटी तगड़ी हो जा बस पिंड जाके तेन कद्दू चार देना आप है उतरना बहुत औखा लगता कुड़ी प्लस हाइट है मैनू भी शाल जी मर के उतरना पैंदा शाल जी मर के चढ़ना पैंदा चने पी के पाई चने बखी कर देनी सिर जिद मेरे पैर ते बजा उपन आया जेड़ा मेरा गोए आंदा ना अज गट गया साइड मेरे पैर ते बजा इत्थे आ बल्ला बल्ला कुछ कीता है पुत हैं उन सवेर दा बोले नहीं तू ओदे दादा नहीं सहेली तेरी चल गई है ते दलासा दे के भी आया शुगर है शुगर हाड दलासे दा फर्क पिया वे हैं हैगी गल बाद दो अज तेनू घादा पिंड मसल कह के ना कोई रखनी है
ਕੰਟਰੋਵਰਸੀ ਲੋਕੀ ਆਪੇ ਛੇੜ ਦਿੰਦੇ ਸੀ ਤੇ ਕਿਸੇ ਨੇ ਕੋਈ ਆਉਂਦੇ ਨਹੀਂ ਇਹਦੇ ਚੁੱਪ ਕਿੱਦਾਂ ਕਰੂਗਾ ਪਤ ਕੀ ਹਾਲ ਲੱਖੀ ਹੋਣੀ ਤੁਸੀਂ ਚੁੱਪ ਹੀ ਨਹੀਂ ਕਰਦੇ ਹੋਏ ਹੋਏ ਚੁੱਪ ਕਰਾ ਦੇਣਾ ਮਿੰਟੋ ਮਿੰਟ ਨਾ 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 ਬਿਲਕੁਲ ਨੀ ਖੁਸ਼ੀ ਦੇ ਅੰਜੂ ਆ ਗਈ ਕਿ ਪੁਲ ਕੋਲ ਚੱਟ ਮਾਚਣੇ ਮੇਰੇ ਤਾਏ ਵਾਲੇ ਦੀ ਪੁਲਿਸ ਬਣਾਉਣੀ ਹੈ ਕਾਹਨੂੰ ਗੱਲਾਂ ਦੀਆਂ ਹੈ ਤੇਰਾ ਆਪਣਾ ਵਲੋਗ ਦੇਖਣਾ ਟੀਵੀ ਲਾ ਕੇ ਆਪਣੇ ਲਈ ਕੀਤੀ ਸਫਾਈ ਆ ਗਏ ਮਿੱਤਰ ਸਮਾਨ ਲੈਣ ਚੱਲੇ ਆ ਸਾਰਾ ਫਲੈਟ ਚੋਂ ਸਮਾਨ ਲੈ ਕੇ ਆਉਣਾ ਤੇ ਕੁਛ ਸਮਾਨ ਪੈਸੀ ਦੁਕਾਨ ਤੇ ਪਏ ਆ ਉੱਥੋਂ ਲੈ ਕੇ ਆਉਣਾ ਤੇ ਨਿਸ਼ਾਨ ਦੇ ਕੱਪੜੇ ਪਏ ਆ ਉਹ ਲੈ ਕੇ ਆਉਣੇ ਆ ਨਵੇਂ ਕੱਪੜੇ ਜਿਹਨੂੰ ਨਵੇਂ ਕੱਪੜੇ ਲੈ ਕੇ ਆਉਣੇ ਮੁੰਡੇ ਨਵੇਂ ਕੱਪੜੇ ਪਾਉਣੇ ਆ ਉਹ ਲੈ ਕੇ ਆਉਣੇ ਆ ਤੇ ਫਿਰ ਜਾਂਦੇ ਆ ਪਿੰਡ ਨੂੰ ਖਿੱਚਦੇ ਆ ਬਾਕੀ ਮਿੱਤਰੋ ਜਿੰਮ ਰਹਿ ਗਿਆ ਜੇ ਬੜੀ ਕੋਸ਼ਿਸ਼ ਕੀਤੀ ਸਵੇਰ ਤੜਕੇ ਉੱਠਣ ਦੀ ਨਹੀਂ ਉੱਠਿਆ ਗਿਆ ਰਾਤ ਲੇਟ ਸੁੱਤੇ ਸੀ ਵਲੋਗ ਐਂਡ ਕਰਨਾ ਸੀ ਉਹਦਾ ਕਰਕੇ ਉੱਠਿਆ ਨਹੀਂ ਗਿਆ ਕੋਈ ਨਹੀਂ ਜਿੰਮ ਪਿੰਡ ਜਾ ਕੇ ਲਾੜਾਂਗੇ ਬਾਕੀ ਜਦੋਂ ਖੁਸ਼ੀ ਦਾ ਮੌਕਾ ਨਾ ਅੱਜ ਤੁਹਾਨੂੰ ਪਤਾ ਪੂਰਾ ਔਕੇ ਪੂਰਾ ਫੰਕਸ਼ਨ ਆ ਘਰ ਦੇ ਵਿੱਚ ਕੋਈ ਨਹੀਂ ਇੱਕ ਦਿਨ ਨਾ ਲੱਗੂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਿਹੜਾ ਆਪਣਾ ਪਿੰਡ ਜਾਣ ਦੀ ਟਾਈਮਿੰਗ ਆ ਉਹ ਨਹੀਂ ਲੇਟ ਹੋਣੀ ਚਾਹੀਦੀ ਕਿਉਂਕਿ ਪਿੰਡ ਸਾਰੀਆਂ ਤਿਆਰੀਆਂ ਤਿਉਰੀਆਂ ਕੀਤੀਆਂ ਪਈਆਂ ਵਾ ਅਤੇ ਪਿੰਡ ਜਾ ਕਾਹਨੂੰ ਗੱਲਾਂ ਕਰਾਉਣੀਆਂ ਆਪਾਂ ਬਸ ਨਿਕਲ ਜਾਣਾ ਆਪਾਂ ਥੋੜ੍ਹੇ ਟਾਈਮ ਤੱਕ 3-3.5 ਦਿਨ ਤੱਕ ਨਿਕਲ ਜਾਵਾਂਗੇ ਕੋਸ਼ਿਸ਼ ਇਹ ਆ ਨਿਸ਼ਾਨ ਦੇ ਟਾਈਮ ਤਾਂ ਦੇਖ ਲਏਗਾ ਪਰ ਜਦੋਂ ਮੈਨੂੰ ਲੱਗਦਾ ਕਿ 4 ਵੱਜਣ ਕਿਸੇ ਤੁਰਨ ਤੋਂ ਪਿਆ ਬਾਬਾ ਸੁੱਖਰ ਕਿਉਂ ਅਸੀਂ ਕੀ ਬਣਦਾ ਮਿੱਤਰ ਕਹਿੰਦੇ ਮੁੰਡੇ ਬੇਸਮੈਂਟ ਦੇ ਵਿੱਚ ਆ ਗਏ ਨੇ ਬੇਸਮੈਂਟ ਧਮਕ ਬੇਸ ਵੀ ਮਿੱਤਰਾ ਗੱਡੀਆਂ ਖਲੋਤੀਆਂ ਵਿੱਚ ਝੂਟੀਆਂ ਕਿੱਡੀਆਂ ਘੈਂਟ ਲੱਗਦੀਆਂ ਹੈ ਕਿਆ ਬਾਤ ਤੁਸੀਂ ਲਾੜੋ ਸਾਹਿਬ ਥਾਰ ਫੋਰਚੂਨਰ ਤੋਂ ਉੱਚੀ ਹੋ ਗਈ ਆ ਅਤੇ ਹਾਲੇ ਲਿਫਟ ਕਿੱਟ ਲੱਗਣੀ ਹੈ ਇਹਦੇ ਲਾੜੋ ਸਾਹਿਬ ਦੀ ਹੈ ਲਿਫਟ ਕਿੱਟ ਲਾ ਕੇ ਕਿੱਥੇ ਜਾਊਗੀ ਇਹਦੀ ਹਾਈਟ ਫੋਰਚੂਨਰ ਦੇ ਲਾੜੋ ਸਾਹਿਬ ਕੇ ਮੈਂ ਅੱਡੀਆਂ ਚੁੱਕ ਕੇ ਛੱਤ ਵੇਖ ਲੈਂਦਾ ਪਰ ਇੱਧਰ ਅੱਡੀਆਂ ਚੁੱਕ ਕੇ ਛੱਤ ਨਹੀਂ ਦੇਖਦੀ ਇੱਥੇ ਤੱਕ ਆਉਂਦਾ ਕੰਮ ਚੱਲ ਜਾਣ ਬਹਿ ਚੱਲੀਏ ਫੋਰਚੂਨਰ ਖੜਦੇ ਹਾਂ ਕਿਉਂਕਿ ਅਸੀਂ ਨਾ ਮੇਰੇ ਫਲੈਟ ਦੇ ਵਿੱਚੋਂ ਬੈਗ ਚੱਕ ਕੇ ਲਿਆਉਣਾ ਵਾ ਕੱਪੜਿਆਂ ਵਾਲਾ ਕਿਹੜੀ ਟਾਇਰ 'ਚ ਕਰਾ ਲੈਂਦੇ ਪੈਰਸ ਕੋ ਜਾਣਾ ਸੀ ਆਪਾਂ ਨਾ ਪੈਰਸ ਕੋ ਜਾਣਾ ਉੱਥੇ ਪੈਟਰੋਲ ਪੰਪ ਹੈਗਾ ਉਹ ਪੈਟਰੋਲ ਪੰਪ ਤੋਂ ਕਰਾ ਲਾਂਗੇ ਚੈੱਕ ਤੁਹਾਡਾ ਫੋਨ ਤਾਂ ਨਹੀਂ ਹੋਊਗਾ ਨਾ ਮੈਂ ਦੋਵੇਂ ਰਾਤ ਦੇ ਫੁੱਲ ਚਾਰਜ ਕੀਤੇ ਆ ਕਿਉਂਕਿ ਆਪਾਂ ਪਿੰਡ ਜਾਣ ਦਾ ਵਲੋਗ ਬਣਾਉਣਾ ਪਿੰਡ ਜਾਣ ਵਾਲਾ ਵਲੋਗ ਜਾਣ ਮੇਰੀ ਐਡਾ ਘੈਂਟ ਬੰਨਾ ਨਾ ਕਿਉਂਕਿ ਅਸੀਂ ਆਪਣੇ ਨਵਾਬ ਕੋਲ ਪਿੰਡ ਲੈ ਕੇ ਜਾਏਂਗੇ ਨਾ ਅਤੇ ਫਿਰ ਕਾਹਨੂੰ ਗੱਲਾਂ ਕਰਾਏਂਗੇ ਇਸ ਲਈ ਪੂਰੀਆਂ ਤਿਆਰੀਆਂ ਤੁਸੀਂ ਕੀਤੀਆਂ ਗੱਡੀਆਂ 'ਤੇ ਫਿਰ ਫੁੱਲ ਲਵਾਉਣੇ ਆ ਜਿਹੜਾ ਗੱਡੀਆਂ 'ਚ ਫੁੱਲ ਆਉਂਦੇ ਕਿ ਲਵਾਉਣੇ ਕਿ ਜਿਹੜੇ ਸੋਹਣੇ ਲੱਗਣ ਜ਼ਿਆਦਾ ਘੀਚਾ ਮੀਚਾ ਜਿਹਾ ਨਹੀਂ ਮਰਾਉਣਾ ਕਿ ਜੈਨੂਨ ਜਿਹਾ ਕੰਮ ਕਰਕੇ ਅਤੇ ਤੁਰਦੇ ਹਾਂ ਇੱਥੋਂ ਬਾਕੀ ਪਿੰਡ ਜਾਂਦੇ ਨੂੰ ਵੀ ਫੁੱਲ ਤਿਆਰੀਆਂ ਕੀਤੀਆਂ ਪਈਆਂ ਉੱਥੇ ਮਾਂ ਵੀਰ ਗੁਰੀ ਅਤੇ ਉਹ ਬੰਦੇ ਉੱਥੋਂ ਦੀ ਤਿਆਰੀ ਕਰਨਗੇ ਨਿਸ਼ਾਨ ਦੇ ਘਰ ਪਹਿਲਾਂ ਜਾ ਕੇ ਅਤੇ ਬਾਕੀ ਡੈਕੋਰੇਸ਼ਨ ਵਾਲੇ ਸੱਦੇ ਆ ਉਹਨਾਂ ਨੇ ਓਕੇ ਰਿਪੋਰਟ ਕਰਾ ਦੇਣਾ ਜਾਂਦਿਆਂ ਨੂੰ ਹੈ ਪੂਰੀ ਲੈ ਲੈ ਕਰਾਵਾਂਗੇ ਵੀਰ ਮੇਰੇ ਉਹ ਬਸ ਇੱਥੋਂ ਦਾ ਸਮਾਨ ਇਕੱਠਾ ਕਰ ਲਈਏ ਮਿੰਟੋ ਮੈਂ ਵੀ ਮਿੱਤਰਾ ਗੱਲ ਇੱਦਾਂ ਹੀ ਹੈ ਕਿ ਥਾਰ ਦੀ ਚਾਬੀ ਆ ਉਹ ਰਹਿ ਗਈ ਉੱਪਰ ਅਤੇ ਥਾਰ ਦੇ ਵਿੱਚ ਮੇਰੇ ਫਲੈਟ ਦੀ ਜਿਹੜਾ ਚਾਬੀ ਆ ਉਹ ਥਾਰ ਦੇ ਵਿੱਚ ਬੈਗ ਪਿਆ ਉਹਦੇ ਵਿੱਚ ਉਹ ਚਾਬੀ ਸੀ ਮੇਰੇ ਸਾਨੂੰ ਬੈਗ ਤਾਂ ਨਹੀਂ ਕੋਠੇ 'ਤੇ ਪਿਆ ਪਰ ਥਾਰ 'ਚ ਪਿਆ ਉਹ ਚਾਬੀ ਲੈਂਦੇ ਜਾਣਾ ਪੈਣਾ ਉੱਪਰੋਂ ਅਤੇ ਉਹਦੇ ਵਿੱਚੋਂ ਕਿਉਂਕਿ ਚਾਬੀ ਤਾਂ ਜ਼ਰੂਰੀ ਕਿ ਫਲੈਟ ਦੇ ਵਿੱਚ ਮੇਰੇ ਕੱਪੜੇ ਪਏ ਆ ਬੈਗ ਬੂਗ ਸਾਰਾ ਉੱਥੇ ਪਿਆ ਉਹਦਾ ਕਰਕੇ ਫਿਰ ਮੈਨੂੰ ਜ਼ਰੂਰੀ ਹੋ ਗਿਆ 2-3 ਕੰਮ ਕਰਕੇ ਆਉਣੇ ਆਪਾਂ ਇੱਕ ਉੱਧਰੋਂ ਸਮਾਨ ਮੇਰਾ ਸਾਰਾ ਚੱਕ ਕੇ ਲਿਆਉਣਾ ਅਤੇ ਇੱਕ ਆਪਣਾ ਪੈਰਸ ਕੋਲ ਅਡੀਨਾ ਲੈ ਕੇ ਆਉਣਾ ਕਿਉਂਕਿ ਅਡੀਨਾ ਦੇ ਨਾਲ ਨਾ ਗੱਡੀ ਦੀ ਲੁੱਕ ਹੀ ਚੇਂਜ ਹੋ ਜਾਂਦੀ ਸਾਰੀ ਦਿਨ ਥਾਰ ਦੀ ਲੁੱਕ ਚੈੱਕ ਕਰਿਓ ਇੱਦਾਂ ਦੀ ਲੁੱਕ ਆਉਣੀ ਨਾ ਅਡੀਨਾ ਕਿਹੋ ਜਿਹੀ ਚੀਜ਼ ਹੈ ਪਹਿਲੋਂ ਉਹ ਲਾਉਣ ਨਾ ਪੱਖੀ ਬਸ ਆਪਾਂ ਹੀ ਆ ਟੈਨਸ਼ਨ ਲੈਂਦਾ
बंदे ना भाई कहीं बैंक चाहिए बाय बाय ला के आवे जान बस आ गई मित्रा गल के पिछे रह गई मैं गल दसनी बैग की कि जरा बैग मैं कह नहीं दिया बड़े करम वाला कुछ चीज़ें अपनी ना एडे करम वाली होंगे अपना उन्होंने बेच के जाना गवा के ना फर्क पैंदा इस चीज़ का कि वह वधिया आंदी अपने लिए जिदा साढ़े को एक्सू की गड्डी है ना मैंने बड़े भरावों के मैसेज आते कि भाई इन बेच दी हमने पुरानी हो गई जाने मेरी वो पता मैं क्यों नहीं बेचता वो गड्डी आने तो बाद मेरे घर से बहुत ज्यादा गड्डिया आईया है ना तो वो करके मैं गड्डी बेचता नहीं ना मैं कभी बेचनी है ना तो करके बैग भी इदा का वा लक्की बैग है मेरे वास्ते भी उदा मैं बैग मेरे को ना मेरे बैग च कभी पैसे मुके नहीं किसी के पास आ ही जाते करके ये बैग मैं नहीं दी मित्रा मौसम इदा रवे तो फिर कोई चक्कर वाली गल नहीं है तो पर मीह ना पवे तो यहोजा मीह कभी ना पवे जिदे करके नुकसान हों घर के घर ढठ गए है ना तो बहुत ज़्यादा नुकसान होया वीडियो वेख के इन्ना ज़्यादा दुख हों जिदा मैं घर बना दिया है ना घर बना दिया इदा मीह के न ढठ जिदे कि ज़्यादा दुख होगा बंदा उठता नहीं बाद चो जिन्हें ढठे है ना उन्होंने बंद पुछ के वेखियो तो आप सारे इन्होंने जरूर मदद करनी है जिते जिते किसी का हाथ पैंदा जिन्हें जिन्ना पैंता कितने भी किसी हिसाब ना भी क्योंकि अपन हूँ जिदा मैनू भी मैसेज आते रहते कि भाई इतने इस चीज़ की बड़ी लड़ है तेरे को नहीं भी ना पहुँचा जाता किसी ना किसी तरीके उसे पैसे पहुँचा दो जरूर जिदा भी होंगी हेल्प जरूर करो ठीक है बहुत ही ज़्यादा माड़ा आया इस बार तो क्योंकि घर के घर ढटते आप वीडियो देखे पैरसको चलते बाद चो मैं इतों समान चुके ना फ्लैट चो पैरसको हो गए तो उधरों फिर वापस निकल जाएंगे क्योंकि जब पहला पैरसको चल के फिर अपने इतना यूटर्न मारना पैना फ्लैट का काम कट के फिर यूटर्न की जरा ट्रैफिक बड़ी होंगी यूटर्न मारते जब अपन अद्धा अपना घंटा खराब होना लाला हिसाब तो इधर है ना फ्लैट चो समान चुके पर निकल जाने फिर मित्र पहुंच गई जा रहे नी फ्लैट चाबी कट भाई ये चो अच्छे बेटा गल के बैठे बला बला कम कम खिलार गंदी पड़ता है भाई ना मारीना 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 मारी ना मारीना तेरे मैं छद नहीं जो मर गया ले तू बह मैं तेरे लिए चाह बना तो नाले मैं रसोई सफाई कर लाइन टीवी मिनट पांच लाने रसोई कहते भांडे पांच लाने पोचा पोचा ला लागे इन्ना काम कर तेरा रसोई कटते वाटा जो कहते ना वट कटते बस हूँ नहाइए धोइए निकलीए कपड़े सारे धोने पे जिन्हें भी इस कमरे इन्ने ज्यादा कपड़े पैन इन्ने ज्यादा कि दे दो महीने घरों कपड़े ना भी लिया ना इन्होंने धोवा के पवा सकते हैं बस एक धोन खोना गिरफ्तारा पे सारा बाकी जो तक भांजा नहा वा आप उदो तक पैकिंग कर लें है ना जिन्ना टाइम बचता उन्ना सही बस निशाने काली पा देनी एक ट्रैफिक बड़ी ट्रैफिक बंदा फस जाए ना कितने काम अपना दस मिनटों का काम हों तो अद्धा अद्धा घंटा अपना ट्रैफिक ही लग जाता लाड़ो साहब तीन सो जिन्ना काम निबड़ता उन्ना ही चलाया भी मित्रा यार ना तो खिंच भी गई तैयारी पाए सेव दी यार मैंने भी एक रसोईया रसोईया साफ करके फ्लैट टका टक करके साफ तो हम यार होनी चले जे पिंड आप कर लिया सारिया तैयारियां निकलिए चल भाई चुकेंगा बैग के हाफ दूजे कपड़े बैग नाल बैग देखो प्रोडक्ट का डब्बा चुकना पड़ा चल भाई चल 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 ढलो ढलो तो आज नहीं समझना चल 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 भाई आ जा मित्र तैयारियां करके यार नहीं चले ही होना पहला पैरस को चलिए पैरस भाई को उतो अपना टीना चुकी उस बाद चलिए गुरुद्वारा साहब ताइए नवा नवा के मैं लिया भांजी है पापिया राती भी नहीं गया मेरे ना राती बारे काम पै गया जरूरी निशाना जाना पै गया नहीं तो राती ही आप राती ही तो निकल आए अं चलो कोई नहीं राती तेरे कर्मा च नहीं चाह पीनी फ्लैट चु नहीं पीती सफाई करता रह गया मैंने मेरे दिमाग लग गया पैसे जगह पीने पहले चाय तेरे को कुटी ना लै गए आप निकली है बाद निशाने गाली पा देनी मैंने पता है ना उन्हें बाद तत्ता है इन्नी छेती गर्म होगा इन्नी छेती बस फिर कुछ नहीं वेखना फिर यही नहीं वेखना ढिल वाला कर कल भी गुरुआ इन्हें मैंने फोन चुकाता ओ दे गर्म गर्म भरावा गल तो सोला गल सुने ना कोई
ਫਿਰ ਅਸੀਂ ਮਿੰਟੋ ਮਿੰਟੀ ਚੁੱਕਿਆ ਬੋਰੀ ਪਿਸਤਲਾ ਜਾ ਕੇ ਫਲੈਟ ਫਲੈਟ ਜਾਂਦੇ ਨੂੰ ਫਿਰ ਚਾਹ ਪੀਣ ਡਿਆ ਮੈਂ ਬਸ ਠੀਕ ਆ ਅਸੀਂ ਭਾਵੇਂ ਕਿਸੇ 'ਚ ਗੱਡੀ ਮਾਰ ਲੈਂਦੇ ਰਾਜ ਅਸੀਂ ਬੜੀ ਗੱਡੀ ਖਿੱਚੀ ਮੈਨੂੰ ਕਹਿੰਦਾ ਕੰਮ ਕਹਿੰਦਾ ਉਹ ਜਿਹੜਾ ਚੋਰੀ ਵਾਲਾ ਚੱਕਰ ਸੀ ਉਹ ਪਿਆ ਸੀ ਤੇ ਸਾਨੂੰ ਦੱਸਿਆ ਹੈ ਨਹੀਂ ਇਹਨੇ ਇਹਨਾਂ ਬਸ ਛੇਤੀ ਆ ਜਾ ਬਸ ਗੱਲ ਹੁੰਦਾ ਅਸੀਂ ਜਾਂਦੇ ਨੇ ਵੇਖਿਆ ਜਾਂਦੇ ਨੇ ਚਾਹ ਪਕੌੜਾ ਚੱਲਣ ਡਿਆ ਸੱਚਾ ਕੀਤਾ ਸੀ ਕਹਿੰਦਾ ਵੀਰ ਜੀ ਦੀਪ ਪੈਰਸ ਕੋ ਬੜਾ ਰਹਿੰਦਾ ਕਦੇ ਪੈਰਸ ਹੋਰ ਨਾ ਕੰਮ ਕਰਦੇ ਕੋਈ ਮੈਂ ਕੁਛ ਕਿਹਾ ਕਬੀਲ ਬੋਲਣਾ ਪਾਦੇ ਕੋਈ ਆਪਾਂ ਨੀ ਬੋਲੇ ਅਸੀਂ ਕੁਛ ਨੀ ਕਿਹਾ ਬਸ ਵੀਰਾਂ ਦੀ ਗੱਲ ਕੀਤੀ ਆ ਤਾਂ ਨਹੀਂ ਕਿਸੇ ਨੇ ਕਮੈਂਟ ਕਿਸੇ ਨੇ ਚੰਗਾ ਸੋਚ ਕੇ ਵਿਚਾਰ ਕੇ ਫਿਰ ਹੀ ਕੀਤਾ ਕਿ ਵੀਰ ਜੀ ਦੀਪ ਪੈਰਸ ਦੀ ਦੁਕਾਨ 'ਤੇ ਬਿਠਾ ਰਹਿੰਦਾ ਉਹਨੂੰ ਕਹਿੰਦਾ ਕੰਮ ਕੁੰਮ ਕਰ ਲਓ ਕੋਈ ਬਿਜੀ ਬਿਜੀ ਲਵਾ ਦੇ ਲੋਕਾਂ ਦੇ ਉਹਨੇ ਆਹ ਕਮੈਂਟ ਕੀਤਾ ਪੈਰਸ ਭਾਈ ਫੋਨ 'ਤੇ ਲੱਗ ਰਹੇ ਤੇ ਉਹ ਅੱਛਾ ਠੀਕ ਹੈ ਵੀ ਡਿਜ਼ਾਇਨ ਮਾਰਨ ਦਾ ਗਾਣਾ ਸ਼ੂਟ ਕਰਨਾ ਮੈਂ ਨਾਲ ਜਿਹੜਾ ਪੋਜ ਮਿੱਤਰ ਪੈਰਸ ਕੋ ਅੱਜ ਚਾਹ ਪੀ ਕੇ ਅਸੀਂ ਚੱਲੇ ਪਿੰਡ ਨੂੰ ਕਿਆ ਬਾਤ ਪੈਰਸ ਕੱਲੀ ਚਾਹ ਉੱਥੇ ਨਾ ਭਲਾ ਜੇ ਚੰਗੀ ਗੈਸ ਬਣਾ ਕੇ ਲਿਆਇਆ ਇਹਦੇ ਵਿੱਚ ਥੋੜ੍ਹੀ ਪਾਈ ਥੋੜ੍ਹੀ ਪਾਈ ਥੋੜ੍ਹੀ ਪਾਈ ਥੋੜ੍ਹੀ ਪਾਈ ਬਸ ਛੇਤੀ ਜਾਣਾ ਉਸ ਕਹਿੰਦਾ ਨਿਸ਼ਾਨ ਫੋਨ ਕਰੀ ਜਾਂਦਾ ਵਾ ਅਤੇ ਅਸੀਂ ਨਹੀਂ ਚਾਹੁੰਦੇ ਅਸੀਂ ਅੱਜ ਨੂੰ ਲੇਟ ਕਰੀਏ ਤਾਂ ਕਰਕੇ ਅਸੀਂ ਮਿੰਟੋ ਮਿੰਟ ਚਾਹ ਪੀ ਕੇ ਨਿਕਲਦੀ ਕਰਨੀ ਅਤੇ ਆਹ ਟੀਨਾ ਜੀ ਮਿੱਤਰੋ ਆ ਜਿਹਦੇ ਕਰਕੇ ਅਸੀਂ ਪੈਰਸ ਦੇ ਕੋਲ ਆਏ ਜੇ ਇਹ ਸਾਨੂੰ ਖਿੱਚ ਕੇ ਲੈ ਕੇ ਆਇਆ ਇੱਧਰ ਨੂੰ ਇਹਨੇ ਤਾਂ ਵਿਚਾਰਾ ਰਾਤ ਭੇਜਤਾ ਸੀ ਸਹੀ ਗੱਲ ਅਸੀਂ ਨਾ ਰਾਤੀ ਇਹਨੇ ਭੇਜਤਾ ਸਕਾਈ ਗਾਰਡਨ ਦੇ ਵਿੱਚ ਅਸੀਂ ਬੈਠੇ ਸੀ ਹੀਰੋ ਹੋਮ ਦੇ ਵਿੱਚ ਫਰਕ ਇੰਨਾ ਕੁ ਪੈ ਗਿਆ ਬਸ ਤਾਂ ਮੈਂ ਇਹਨੂੰ ਕਿਹਾ ਮੈਂ ਮਿੱਤਰ ਆਪਣੀ ਦੁਕਾਨ 'ਤੇ ਲਿਜਾ ਆ ਕੇ ਲੈ ਜਾਂਗਾ ਉੱਥੋਂ ਅਤੇ ਸੋ ਨਾਲੇ ਇਹਨੂੰ ਮਿਲ ਜਾਂਗੇ ਅਤੇ ਤਾਂ ਕਰਕੇ ਇਹਦੇ ਕੋਲ ਆਏ ਹਾਂ ਅਤੇ ਗੱਲ ਇੱਦਾਂ ਵਾ ਕਿ ਜਿਹੜੇ ਆਪਣੇ ਵੀਲਰ ਇਹਨੂੰ ਵੇਚ ਨਹੀਂ ਦਿੱਤੇ ਸੀ ਉਹ 4.5 ਲੱਖ ਤੱਕ ਵੀਰ ਰੇਟ ਦੇਣ ਡੇ ਜਾਣ ਮੇਰੀ ਰੇਟ 5 ਲੱਖ ਹੀ ਆ 5 ਲੱਖ ਤੋਂ ਘੱਟ ਮੈਂ 1 ਰੁਪਈਆ ਨਹੀਂ ਲੈਣਾ 4.5 ਦੀ ਤਾਂ ਗੱਲ ਹੀ ਕੋਈ ਨਹੀਂ ਆ 10-12 ਬੰਦੇ ਇਸ ਚੀਜ਼ ਲੈ ਗਏ ਆ ਕਿ ਵੀਰ ਜੀ 4.5 ਤੱਕ ਅਸੀਂ ਦੇ ਦਿੰਦੇ ਹਾਂ ਪਰ ਮੈਂ 5.5 ਵੀ ਕਹਿ ਸਕਦਾ ਸੀ ਪਰ ਜਾਣ ਮੇਰੀ ਜੋ ਇੱਕੋ ਰੇਟ ਆਪਾਂ ਉਹ ਲੈਣਾ 5.5 ਤੱਕ ਹੀ ਲੈਣਾ ਆ ਗੱਲ ਮੁੱਕੀ ਆ ਐਵੇਂ ਸਵਾਦ ਨਾਲ ਲਓ ਕਿਉਂਕਿ ਪੈਰ ਉਹ ਵੀਲ ਨਹੀਂ ਪਏ ਸੀ ਪੈਰਸ ਨੂੰ ਫੋਨ ਆਉਂਦੇ ਆ ਕਹਿੰਦੇ ਵੀਰ ਜੀ 4.5 ਦੇ ਦਿੰਦੇ ਆ 4.5 ਦੇ ਮੈਨੂੰ ਨਹੀਂ ਪਏ 4-7 ਦੇ ਮੈਨੂੰ ਪਏ ਵਾ 4-7 ਦੇ ਮੈਨੂੰ ਪਏ ਲਾੜਾ ਸਾਹਿਬ ਤੋਂ ਉਹ ਤਾਂ ਗੱਲ ਹੈ ਨਾ ਚਲਾਏ ਵੀ ਕਿਹੜੇ ਆ 2 ਕਿਹੜੇ ਪਿੰਡ ਦੇ ਮਾਰੇ ਚਲਾ ਕੇ 2000 ਚੱਲੇ ਸਾਰੇ ਗੱਲ ਏਦਾਂ ਵਾ ਕਿ ਪਲਾਨ ਸਾਡਾ ਇਹ ਬਣ ਗਿਆ ਕਿ ਚਾਹ ਜਾਂਦੇ ਜਾਂਦੇ ਪੀ ਲੈਂਦੇ ਆ ਪੈਰਸ ਨੂੰ ਕਿਹਾ ਮੈਂ ਟੀਨਾ ਗੱਡੀ ਦਿਖਾ ਦੇ ਤੇ ਚਾਹ ਅਸੀਂ ਜਾਂਦੇ ਜਾਂਦੇ ਪੀ ਲੈਣੀ ਆ ਜਾਵੇ ਭਾਈ ਤੇ ਸੋ ਛੇਤੀ ਦੀ ਪਹੁੰਚੀ ਨਿਸ਼ਾਨ ਦੇ ਕੋਲ ਕਿਉਂਕਿ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਦੇਖਣਾ ਇੱਕ ਨਿਸ਼ਾਨ ਦੀ ਸ਼ਰਟ ਪਈ ਆ ਉਹ ਚੱਕ ਕੇ ਲਿਆਉਣੀ ਆ ਤਾਂ ਕਰਕੇ ਆ ਨਿਕਲੀਏ ਮਤਰਾ ਪਹੁੰਚ ਗਈ ਯਾਰ ਹੋਣੀ ਸਾਰੇ ਕੰਮ ਕਰਕੇ ਨਿਸ਼ਾਨ ਦੀ ਸ਼ਰਟ ਵੀ ਲੈ ਲਈ ਇੰਨਾ ਵੀ ਚੱਕ ਲਿਆ ਤੇ ਬਸ ਹੁਣ ਨਿਸ਼ਾਨ ਜਾਂਦਿਆਂ ਤਿਆਰ ਹੋਇਆ ਉਹ ਸਹੀ ਕਿਉਂਕਿ ਉਹ ਤਿਆਰ ਕਦੋਂ ਨਾ ਵੇਟ ਕਰਨਾ ਨਾ ਸ਼ਰਟ ਦੀ ਕਦੋਂ ਲੈ ਕੇ ਆਉਣ ਮੈਂ ਕਦੋਂ ਮੈਂ ਪਾਵਾਂ ਦੇ ਕਦੋਂ ਹੀ ਪਿੰਡ ਨੂੰ ਇਹ ਲੈ ਹੈਰੀ ਨੇ ਗੱਡੀ ਲਾਤੀ ਉੱਥੇ ਬਹੁਤ ਗਲਤ ਗੱਲ ਸਿਮੋਲੇ ਕਿੱਥੇ ਸਿਮੋਲੇ ਕਿਹੜੀ ਸਿਮ ਉੱਥੇ ਲਾ ਦਿੰਦੇ ਹਾਂ ਕਿਸੇ ਦੀ ਪਾਰਕਿੰਗ ਜ਼ਰੂਰ ਲਾਉਣੀ ਅਗਲਾ ਫੋਨ ਕਰਕੇ ਇਹ ਤਾਂ ਗੱਡੀ ਬਾਹਰ ਕਢਾਓ ਫਿਰ ਚੰਗੇ ਰਵਾਂਗੇ ਚੱਲ ਬਈ ਤਰ੍ਹਾਂ ਅਸੀਂ ਨਹੀਂ ਬੂਟ ਬਾਟ ਪਾਵਾਂਗੇ ਇੱਦਾਂ ਜਾਵਾਂਗੇ ਚੱਪਲਾਂ ਨਾਲ ਹੀ ਜਾਵਾਂਗੇ ਚੱਪਲਾਂ ਦੇ ਨਾਲ ਹੀ ਹਨਾ ਇੱਦਾਂ ਭੰਗੜੇ ਪਾਵਾਂਗੇ ਸ਼ਾਮ ਨੂੰ ਪੂਰੀ ਮਹਿਫਲ ਲੱਗਣੀ ਨਿਸ਼ਾਨ ਦੇ ਕਰਕੇ ਦੇਹ ਭੰਗੜਾ ਠਾ ਭੰਗੜਾ ਕਹਿਨੂੰ ਗਾਣਾ ਸਟੈਪ ਜਿੱਦੇ ਜਿੱਦੇ ਉਹਦੇ ਵੇਖੀ ਕਿਧਰ ਨੂੰ ਜਾਂਦੇ ਸਟੈਪ ਆਪਣੇ ਉਹ ਪਹੁੰਚ ਗਏ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਯਾਨੀ 10ਵੇਂ ਫਲੋਰ ਤੇ ਲੈ ਕੇ ਆਏ ਹੈ ਸ਼ੁਕਰਾਨਾ ਬਹੁਤ ਬਹੁਤ ਲੈ ਵੀ ਮਿੱਤਰਾ ਨਿਸ਼ਾਨ ਦੀ ਥੋੜ੍ਹੀ ਬਹੁਤੀ ਪੈਕਿੰਗ ਕਰਨ ਵਾਲੀ ਰਹਿ ਗਈ ਆ ਅਤੇ ਉਦੋਂ ਤੱਕ ਆਪਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਆਉਂਦੇ ਹਾਂ ਅਤੇ ਇੱਕ ਗੱਡੀਆਂ ਨੇ ਫੁੱਲ ਲਵਾਉਣੇ ਆ ਅਤੇ ਉਹਨੂੰ ਜਿਹੜੇ ਫੁੱਲ ਵਾਲਣਗੇ ਅਤੇ ਆਪਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਕੇ ਅਤੇ ਗੁਰੂ ਮਹਾਰਾਜ ਦੀ ਪਾਠ ਕਰਕੇ ਉਸ ਤੋਂ ਬਾਅਦ ਤੁਰਦੇ ਹਾਂ ਮੈਂ ਜੇ ਮੈਂ ਲੇਟ ਹੋ ਗਿਆ 5-7-10 ਮਿੰਟ ਮੇਰੀ ਵੇਟ ਕਰ ਲਿਓ ਅਤੇ ਚੱਲ ਵੇ ਭਾਈ ਚੱਲੀਏ ਐਂ ਲਿਸ਼ਕਾਂ ਮਰਨ ਗਏ ਅੱਜ ਹੈ ਕਾਹ ਲਗਾ ਝੋਟਾ ਇਹਨੂੰ ਅਸੀਂ ਇੱਥੇ ਛੱਡ ਜਾਣਾ ਗੱਡੀਆਂ ਦੋ ਹੀ ਜਾਣਗੀਆਂ ਪਿੰਡ ਨੂੰ ਚੱਲ ਵੇ ਭਾਈ ਲੈ ਕੇ ਚੱਲ ਗੁਰਦੁਆਰਾ ਸਾਹਿਬ ਲਓ ਵੀ ਮਿੱਤਰੋ ਗੁਰੂ ਮਹਾਰਾਜ ਦਰਸ਼ਨ ਮੇਲੇ ਆਪਾਂ ਕਰ ਲਏ ਅਤੇ ਮੈਂ ਤੈਨੂੰ ਘੈਂਟ ਜੀ ਗੱਲ ਦੱਸਦਾ ਕਿ ਮੈਂ ਰੋਜ਼ ਹੁਣ ਜਦੋਂ ਗੁਰੂ ਮਹਾਰਾਜ ਦਰਸ਼ਨ ਕਰਕੇ ਆਉਂਦਾ ਉਹ ਤੁਹਾਨੂੰ ਕੁਛ ਨਾ ਕੁਛ ਤੁਹਾਡੇ ਨਾਲ ਗੱਲ ਕਰਦਾ ਜਿਹੜੀ ਚੀਜ਼ ਮੈਂ ਕਰਦਾ ਜਾਂ ਮੈਂ ਸੋਚਦਾ ਵਾਂ ਜਿੱਦਾਂ ਦੀ ਮੇਰੀ ਜ਼ਿੰਦਗੀ 'ਚ ਹੋਇਆ ਸਾਰਾ ਕੁਛ ਉਹ ਚੀਜ਼ ਦੱਸ ਦਿੰਦਾ ਕਿ ਗੁਰੂ ਮਹਾਰਾਜ ਦੇ ਘਰ ਕੀਤੀ ਸੇਵਾ ਹੁੰਦੀ ਨਾ ਜਿਹੜੀ ਆਪਾਂ ਸੇਵਾ ਕਰਦੇ ਹਾਂ ਆ ਕੇ ਜਿੱਦਾਂ ਅਸੀਂ ਪਹਿਲਾਂ ਜਦੋਂ ਪਿੰਡ ਹੁੰਦੇ ਹਾਂ ਉਦੋਂ ਬਾਬੇ ਸ਼ੇਖਪੁਰੇ ਜਾ ਕੇ ਉੱਥੇ ਬਰਤਨਾਂ ਦੀ ਸੇਵਾ ਕਰੀਦੀ ਆ ਕਿਤੇ ਨਾ ਕਿਤੇ ਚਲੋ ਇੱਥੇ ਗੁਰੂ ਮਹਾਰਾਜ ਦਾ ਪਾਠ ਕਰ ਲਈਦਾ ਹੈ ਨਾ ਕਿਤੇ ਨਾ ਕਿਤੇ ਆਪਾਂ ਪਾਠ ਕਰਦੇ ਜਾਂ ਸੇਵਾ ਕਰਦੇ ਹਾਂ ਸੱਚੇ ਦਿਲੋਂ ਕੀਤੀ ਸੇਵਾ ਜਾਂ ਪਾਠ ਕਦੀ ਵੀ ਤੁਹਾਡਾ ਵਿਅਰਥ ਨਹੀਂ ਜਾਊਗਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਇਹ ਗੱਲ ਹੈ ਨਾ
ਤਾਂ ਮੈਂ ਹਰੇ ਵਲੋਗ ਚ ਕਹਿੰਦਾ ਵਾ, ਹਰ ਇੱਕ ਵਲੋਗ ਦੇ ਵਿੱਚ, ਕਿਉਂਕਿ ਖੁਦ ਜਾਂਦਾ ਪਹਿਲਾਂ ਫਿਰ ਦੱਸਦਾ, ਜਿੰਨੇ ਕੰਮ ਵੀ ਪਹਿਲਾਂ ਖੁਦ ਕਰਦਾ ਫਿਰ ਦੱਸਦਾ ਤੁਹਾਨੂੰ, ਜੇ ਜਿੰਮ ਪਹਿਲਾਂ ਆਪ ਲੱਗਾ ਸੀ ਫਿਰ ਸਰੀਰ ਬਣਾਇਆ ਫਿਰ ਤੁਹਾਨੂੰ ਚੀਜ਼ਾਂ ਦੱਸਣ ਲੱਗਾ ਵੀ ਬਈ ਜਿੰਮ ਲਾਇਆ ਕਰੋ, ਆਹ ਚੀਜ਼ਾਂ ਕਰਿਆ ਕਰੋ। ਹੁਣ ਗੁਰੂ ਮਹਾਰਾਜ ਦੇ ਘਰ ਆਈਦਾ ਪਹਿਲਾਂ ਫਿਰ ਤੁਹਾਨੂੰ ਦੱਸੀਦਾ, ਹੈ ਨਾ, ਕਿ ਕੋਈ ਇਹ ਨਾ ਕਹਿੰਦੇ ਕਿ ਬਈ ਤੂੰ ਗਿਆਨ ਬਣਦਾ ਜਾਂ ਤੂੰ ਇੱਦਾਂ ਕਰਦਾ ਰਹਿੰਦਾ, ਪਹਿਲਾਂ ਆਪ 'ਤੇ ਕਰ ਲਾ, ਉਹ ਚੀਜ਼ ਮੈਂ ਸੁਣ ਨਹੀਂ ਸਕਦਾ, ਪਹਿਲਾਂ ਮੈਂ ਕੋਈ ਵੀ ਚੀਜ਼ ਹੈ ਨਾ ਪਹਿਲਾਂ ਉਹ ਆਪ ਕਰਦਾ ਫਿਰ ਤੁਹਾਨੂੰ ਦੱਸਦਾ। ਅਤੇ ਜ਼ਰੂਰ ਜਾਇਆ ਕਰੋ ਮੇਰਾ ਭਰਾ, ਜ਼ਿੰਦਗੀ ਬੜੀ ਸੋਹਣੀ ਆ, ਅਤੇ ਸੋਹਣੀ ਜ਼ਿੰਦਗੀ ਆਪਣੀ ਉਦੋਂ ਹੋਊਗੀ ਜਦੋਂ ਆਪਾਂ ਗੁਰੂ ਮਹਾਰਾਜ ਦੇ ਲੜ ਲੱਗਾਂਗੇ, ਹੈ ਨਾ। ਅਤੇ ਸੋ ਮੇਰਾ ਭਰਾ ਜ਼ਰੂਰ ਜਾਇਆ ਕਰੋ, ਲਵ ਯੂ ਸਾਰੇ ਭਰਾਵਾਂ ਨਾ, ਜਿਹੜੇ ਤੁਹਾਡਾ ਮਾੜਾ ਕਰਦੇ ਮਾੜਾ ਸੋਚਦੇ ਆ ਨਾ ਉਹ ਬੜੀ ਪਿੱਛੇ ਰਹਿ ਜਾਣੇ ਆ। ਜਦੋਂ ਤੁਸੀਂ ਇਹ ਮਾਲਕ ਦੇ ਨਾਲ ਸੱਚੇ ਮਨੋਂ ਜੁੜ ਗਏ ਨਾ ਤੁਹਾਡੇ ਨੇੜੇ ਤੇੜੇ ਵੀ ਨਹੀਂ ਆਉਣੇ, ਉਹਨਾਂ ਨੇ ਸਾਰੀ ਸੁੱਟੀ ਜਾਣਾ ਵਾ ਜਦੋਂ ਇਹ ਮੇਰਾ ਰਹਿਮਤਾਂ ਹੋ ਗਈਆਂ, ਠੀਕ ਹੈ। ਆ ਵੀ ਮਿੱਤਰੋ ਤੁਸੀਂ ਵੀ ਕਰ ਲਓ ਗੁਰੂ ਮਹਾਰਾਜ ਦਰਸ਼ਨ ਮੇਲੇ, ਕਿਉਂਕਿ ਅੰਦਰ ਤਾਂ ਮੈਂ ਫੋਨ ਫਲਾਈਟ ਮੋਡ 'ਤੇ ਲਾਇਆ ਹੁੰਦਾ ਅਤੇ ਤਾਂ ਕਰਕੇ ਬਾਹਰ ਆ ਕੇ ਫੋਨ 'ਚ ਕਲਿੱਪ ਲਈ ਦੀ ਆ ਕਿ ਤੁਸੀਂ ਵੀ ਦਰਸ਼ਨ ਮੇਲੇ ਕਰ ਲਓ ਅਤੇ ਗੁਰੂ ਮਹਾਰਾਜ ਦੇ ਘਰ ਜ਼ਰੂਰ ਜਾਇਆ ਕਰੋ ਮੇਰੇ ਭਰਾ। ਵੀ ਮਿੱਤਰਾਂ ਯਾਰ ਹੋਣੀ ਜਾ ਕੇ ਫਲੈਟ ਭਰੇ, ਇੱਕ ਵਜੇ ਦਾ ਕੱਲ੍ਹ ਬੜਾ ਸੋਹਣਾ ਕਮੈਂਟ ਆਇਆ, ਕਹਿੰਦਾ ਵਲੋਗ ਤਾਂ ਠੀਕ ਠਾਕ ਆ, ਬਸ ਚਲੋ ਵਧੀਆ ਵਾ, ਕਹਿੰਦਾ ਆਪਾਂ ਤੁਹਾਡੀਆਂ ਅੱਧੇ ਜ਼ਿਆਦਾ ਵਲੋਗ ਤੇਰਾ ਲਿਫਟਾਂ ਲੱਗ ਜਾਂਦਾ, ਉੱਤੇ ਚਲ ਜਾਓ ਥੱਲੇ ਚਲ ਜਾਓ, ਤਾਂ ਗੱਲ ਵੀਰ ਦੀ ਸਹੀ ਹੈ। ਵੈਸੇ ਮੈਂ ਵੀ ਚੀਜ਼ 'ਤੇ ਗੌਰ ਕੀਤਾ ਕਿ ਤੁਰਾਂ ਲਿਫਟਾਂ 'ਚ ਬਹੁਤ ਮਿੱਤਰ, ਮੈਂ ਤਾਂ ਹੈਰੀ ਚੱਲੇ ਆ, ਬੰਦਿਆਂ ਦੀ ਕੋਈ ਚੀਜ਼ ਰਹਿ ਕੇ ਜਾਂਦੇ, ਵੀ ਲਿਮਕਾ ਲੈਣ ਚੱਲੇ, ਲਿਮਕੇ ਤੋਂ ਬਿਨਾਂ ਮੈਂ ਚੱਲਦੀ ਨਹੀਂ ਗੱਡੀ ਮੇਰੀ, ਸੋ ਚੱਲੇ ਹਾਂ। ਹਾਏ ਹਾਏ ਕਿਆ ਬਾਤ ਹੈ, ਹਰੀ ਵੇਖ ਲਾ ਫਿਰ ਹਟਦੇ ਕਿਤੇ ਲੋਕ, ਇੱਦਾਂ ਨਹੀਂ ਵੇਖਣਾ ਚਾਹੀਦਾ ਢਿੱਲੋ ਵੱਲ, ਅਤੇ ਮੈਨੂੰ ਸੰਗ ਆ ਜਾਂਦੀ ਆ। ਮੈਂ ਵੀ ਮਿੱਤਰਾਂ ਤਿਆਰੀਆਂ ਕਰ ਲਈਆਂ, ਨਿਸ਼ਾਨ ਹੋਣੀ ਫੁੱਲ ਹੋਣਗੇ ਗੱਡੀ ਨੂੰ, ਉਹ ਵੀ ਤੁਰ ਪਏ ਉੱਥੋਂ, ਅਤੇ ਦੋ ਤਿੰਨ ਚੀਜ਼ਾਂ ਸਾਡੀਆਂ ਨਵੀਆਂ ਨਵੀਆਂ ਰਹਿ ਗਈਆਂ, ਉਹੀ ਲੈਣ ਚੱਲੇ ਹਾਂ, ਲੈ ਕੇ ਅਤੇ ਬਸ ਅਸੀਂ ਗੋਲੀ ਹੋਏ ਨਾ ਪਿੰਡ ਨੂੰ, ਅਤੇ ਅੱਜ ਫਿਰ ਕਾਕੇ ਦਾ ਫੇਸ ਰਿਵੀਲ ਕਰਦਾ ਕਰਾ ਦਾ। ਹੋਰ ਦੱਸੋ, ਹੋਰ ਕੋਈ ਸੇਵਾ ਦੱਸੋ ਮੇਰੇ ਲਾਇਕ, ਹੈ ਉਹ ਤੋਂ ਬਾਅਦ ਫਿਰ ਆਪਣੇ ਪਿੰਡ ਵਾਲੇ ਬਲੋਗ ਹੀ ਹੋਣੇ ਦੱਸ ਦੇਣਾ, ਹੈ ਇਹ ਕੰਮ ਆਪਾਂ ਹੋਰ ਕਰਨਾ ਜਿਹੜਾ ਤੁਹਾਨੂੰ ਦੱਸਿਆ ਕੱਲ੍ਹ ਬਲੋਗ ਦੇ ਵਿੱਚ, ਕਿ ਜਿੱਥੋਂ ਤੱਕ ਹੋ ਸਕਿਆ ਆਪਾਂ ਸੇਵਾ ਕਰਨੀ ਆ ਲੋਕਾਂ ਦੀ, ਕੁਛ ਭਰਾ ਆਪਣੇ ਹੈਗੇ ਇਹੋ ਜਿਹੜੇ ਕਰਨ ਡੇ ਆ, ਅਤੇ ਉਹਨਾਂ ਤੱਕ ਆਪਾਂ ਕੁਛ ਚੀਜ਼ਾਂ ਪਹੁੰਚਦਾ ਕਰਤੀਆਂ ਸੀ, ਕਿ ਸਾਡੇ ਕੋਲ ਜਾਇਆ ਨਹੀਂ ਜਿਹੜਾ, ਜਾਂ ਥੋੜ੍ਹਾ ਇੱਕ ਦੋ ਕੰਮ ਸਾਨੂੰ ਹੈਗੇ ਆ, ਕਿ ਜਿੱਦਾਂ ਜਿਹੜੇ ਤਰੀਕੇ ਨਾਲ ਯਾਰ ਮਦਦ ਕਰ ਸਕਦੇ ਆਪਾਂ, ਜ਼ਰੂਰੀ ਨਹੀਂ ਹੁੰਦਾ ਕਿ ਹਾਂ ਵੀ ਆਪਾਂ ਮਤਲਬ ਕਿ ਉੱਥੇ ਜਾਣਾ ਜਾਂ ਵੀਡੀਓ ਫੋਟੋ ਪਾਉਣੀ, ਜਿਹੜੇ ਆਪਣੇ ਭਰਾ ਲਗਾ ਲੈ ਕਰਦੇ ਆ ਉਹਨਾਂ ਤੱਕ ਵੀ ਆਪਾਂ ਚੀਜ਼ਾਂ ਪਹੁੰਚਾ ਸਕਦੇ ਹਾਂ, ਜਾਣ ਮੇਰੀ ਸਾਡਾ ਵੀ ਹਿੱਸਾ ਪਾ ਲਿਓ, ਹੈ ਨਾ। ਇੰਨਾ ਤਾਂ ਆਪਾਂ ਕਰ ਹੀ ਸਕਦੇ ਨਾ, ਜਿੱਦਾਂ ਹੁਣ ਸਭ ਤੋਂ ਜ਼ਿਆਦਾ ਕੰਮ ਖਰਾਬ ਆਪਣੇ ਪੰਜਾਬ 'ਚ ਮੇਰੇ ਸਾਰਾ ਪਟਿਆਲੇ ਹੋਇਆ ਨਾ, ਪਟਿਆਲੇ ਸਭ ਤੋਂ ਜ਼ਿਆਦਾ ਪਟਿਆਲੇ ਹੋਇਆ ਮੇਰੇ ਹਿਸਾਬ ਨਾਲ, ਬਾਕੀ ਹੋਰ ਵੀ ਯਾਰ ਸ਼ਹਿਰ ਜਿਸ ਨੂੰ ਤੁਸੀਂ ਵੀਡੀਓ ਸਾਹਮਣੇ ਆਉਣ ਡੀਆਂ, ਹੁਣ ਆਪਾਂ ਨੂੰ ਸੁਪਨਾ ਥੋੜ੍ਹੀ ਆਉਣਾ ਵਾ, ਹੁਣ ਵੀਡੀਓ ਵੇਖ ਕੇ ਪਤਾ ਲੱਗਣਾ ਕਿ ਇੱਥੇ ਇੱਥੇ ਆਹ ਕੰਮ ਹੋਇਆ ਵਾ, ਅਤੇ ਉਹ ਕੰਮ ਆਪਾਂ ਪਿੰਡ ਜਾ ਕੇ ਕੋਸ਼ਿਸ਼ ਕਰਾਂਗੇ ਖੁਦ ਵੀ ਜਾਈਏ, ਹੈ ਜੇ ਨਾ ਵੀ ਆ ਜਾਵੇ ਜਿੱਦਾਂ ਮੈਂ ਕਰਨ ਡਿਆਂ, ਕਿ ਜਿੱਥੇ ਤੁਹਾਡੇ ਲਿੰਕ ਦੇ ਬੰਦੇ ਹੈਗੇ ਆ ਉੱਥੇ ਜਿਹੜੇ ਸੇਵਾ ਕਰਨ ਡੇ ਆ ਉਹਨਾਂ ਤੱਕ ਕੁਛ ਨਾ ਕੁਛ ਚੀਜ਼ਾਂ ਜ਼ਰੂਰ ਪਹੁੰਚਦੀਆਂ ਕਰ ਦਿਓ, ਅਤੇ ਕੋਈ ਧੱਕਾ ਨਹੀਂ ਆ, ਜੇ ਉਹਨਾਂ ਕੇ ਹੈਲਪ ਕਰੋ ਜਿੰਨਾ ਤੁਹਾਡਾ ਮਨ ਵੀ ਤੁਹਾਡਾ ਖੁਸ਼ ਹੋਵੇ ਕਿ ਨਹੀਂ ਆ, ਦਿਲੋਂ ਜੇ ਕਰਨੀ ਦਿਲੋਂ ਕਰਿਓ, ਨਹੀਂ ਤਾਂ ਕਿਸੇ ਨੂੰ ਕੋਈ ਧੱਕਾ ਨਹੀਂ ਇਸ ਚੀਜ਼ ਦਾ, ਠੀਕ ਹੈ ਨਾ। ਹਾਲ ਤੁਸੀਂ ਵੇਖਣ ਡੇ ਇਹ ਚੀਜ਼ ਅੱਜ ਉਹਨਾਂ ਨਾਲ ਹੋਈ, ਕੱਲ੍ਹ ਨੂੰ ਆਪਣੇ ਨਾਲ ਵੀ ਹੋ ਸਕਦੀ ਆ, ਇਹ ਚੀਜ਼ ਸੋਚ ਕੇ ਹੈਲਪ ਕਰਿਓ। ਕਹਿੰਦੇ ਕੀ ਲੈ ਲਿਆ, ਕਹਿੰਦੇ ਲਿਮਕਾ ਲੈ ਲਿਆ 88 ਦੇ ਵਿੱਚੋਂ, ਕਿਆ ਬਾਤ ਹੈ, ਇੱਥੇ ਸਾਡਾ ਕੋਈ ਕੰਮ ਨਹੀਂ ਸਿਰਫ ਇੱਥੇ ਅਸੀਂ ਮਾਰਕੀਟ ਆਉਂਦੇ ਹਾਂ ਉਹ ਲਿਮਕਾ ਪੀ। ਮੈਂ ਵੀ ਮਿੱਤਰਾ ਤਿਆਰੀਆਂ ਖਿੱਚ ਲਈਆਂ ਸੀ ਮੁੰਡਿਆਂ ਨੇ ਪਿੰਡ ਜਾਣ ਦੀਆਂ, ਬਲਾ ਬਲਾ ਘਰ ਜਾ ਕੇ ਮੂੰਹ ਦਿਖਾਏਂਗੇ ਭਾਈ ਤੁਹਾਰਾ ਅੱਜ, ਚਲੋ ਵੀ ਚਲੋ, ਔਰ ਸ਼ੂਟ ਵੀ ਕੈਮਰੇ ਕੇ ਸਾਥ ਕਰ ਰਹੇ ਹੈ ਭਾਈ। ਚਾਬੀ ਕਿੱਥੇ ਹੋਏ, ਚਾਬੀ ਪਿੱਛੇ ਲੈ, ਤਾਏ ਤਾਏ ਸਿਰ ਜੁੰਮੇ ਰਹੀ ਬੜੀਆਂ, ਜਿੰਦਰਾ ਜੁੰਦਰਾ ਮਾਰ ਕੇ ਫਿਰ ਮੈਨੂੰ ਪਿੱਛੇ ਨਹੀਂ, ਉਹ ਤਾਂ ਇੰਨਾ ਜਾ ਹੋਈ ਜਾਣਾ ਪਿੰਡ ਕਰਨ, ਇੱਧਰ ਆਇਆ ਬੰਦੇ ਦੇ ਪੱਤਾਂ ਨੂੰ ਥੱਲੇ ਆਉਣਾ ਗੱਡੀ 'ਚ। ਮਿੱਤਰਾ ਤਿਆਰੀਆਂ ਮੁੰਡਿਆਂ ਦੀਆਂ ਫੁੱਲ ਤਿਆਰੀਆਂ ਦੇ, ਮਾੜੇ ਮਾੜੇ ਫੁੱਲ ਤਾਂ ਲਵਾਏ ਆ ਕਿ ਸੋਹਣੇ ਲੱਗਦੇ ਆ, ਪਿੰਡ ਜਾਂਦੇ ਨਹੀਂ ਤਾਂ ਰੁੜ ਜਾਣੇ ਸੀ, ਅਤੇ ਜ਼ਿਆਦਾ ਲਵਾ ਲੈਂਦੇ, ਇੰਨੀ ਡੈਕੋਰੇਸ਼ਨ ਸੋਹਣੀ ਲੱਗਣੀ ਗੱਡੀਆਂ ਦੇ। ਬਾਕੀ ਤੁਸੀਂ ਘਰ ਜਲ ਕੇ ਵੇਖਿਓ, ਜਿਹੜੀ ਘਰ ਡੈਕੋਰੇਸ਼ਨ ਕਰਾਈ ਹੈ ਨਾ, ਕਾਹਨੂੰ ਗੱਲਾਂ ਕਰਾ ਦੀਆਂ। ਅਬੇ ਮਿੱਤਰਾ ਕਹਿੰਦੇ ਵੱਡੇ ਲੈਵਲ 'ਤੇ ਵਲੋਗਿੰਗ ਹੋ ਰਹੀ ਹੈ, ਵੱਡੇ ਕੈਮਰੇ ਨਾਲ ਸ਼ੂਟ ਹੋਣ ਡਿਆ ਮੇਰੇ ਵੀਰੇ, ਉਹ ਕਾਹਨੂੰ ਗੱਲਾਂ ਕਰਾ ਰਹੇ ਨੇ, ਨਿਸ਼ਾਨ ਖੇਰਾ ਜੀ ਕਿਆ ਬਾਤ ਹੈ, ਇੱਧਰ ਰਾਣੀਆਂ ਮੈਂ ਕਾਹਨੂੰ ਗੱਲਾਂ ਕਰਾਈਆਂ ਪਈਆਂ, ਹੈਂ ਮੈਨੂੰ ਲੱਗਿਆ ਬਾਲੀ ਦੀ ਫੱਪੜੀ ਯਾਰ, ਨਜਾਇਜ਼ ਨਹੀਂ ਫੱਪੀ ਜਾਂਦੀ, ਨਜਾਇਜ਼ ਜੀ ਤੁਹਾਡੇ ਇੱਕ ਫੁੱਲ ਹੋਇਆ ਸੈਂਟਰ ਦੇ ਵਿੱਚ, ਇਹ ਕਾਹਨੂੰ ਗੱਲਾਂ ਕਰਾਈ ਜਾਂਦਾ, ਇਹ ਕਾਹਨੂੰ, ਅਤੇ ਜ਼ਿਆਦਾ ਹੀ ਆਪਾਂ ਡੈਕੋਰੇਸ਼ਨ ਨਹੀਂ ਕਰਾਉਂਦੇ ਫੱਪਣੀ ਨਹੀਂ, ਹੈ ਨਾ। ਆਹ ਓਕੇ ਰਿਪੋਰਟ ਹੋ ਗਿਆ ਜੇ ਕੰਮ, ਉਹਦੇ ਵੀ ਸੈਂਟਰ 'ਚ ਇੱਕੋ ਲਵਾਇਆ ਆਪਾਂ ਵੀ, ਕਿਆ ਬਾਤ ਹੈ, ਇਹ ਪਿੰਡ ਜਾਣ ਤੱਕ ਬਸ ਰਹਿ ਜਾਵੇ ਸਹੀ ਵਿਚਾਰਾ, ਹੁਣ ਬਾਕੀ ਦੇਣੇ ਕੀ ਬਣਦਾ। ਮਿੱਤਰਾ ਦੋਵੇਂ ਰੌਣਕੀ ਬੰਦੇ ਇੱਕੋ ਗੱਡੀ ਕਰਦੇ, ਵੇਖੀ ਲਹਿਰ ਲੱਗਦੀ ਜਾਣੀ, ਸਾਰੇ ਰਾਹ ਦੇ ਵਿੱਚ ਬੈਗ ਪਿੱਛੇ ਰੱਖ, ਜਿਹੜਾ ਟੀਨਾ ਦੂਜਾ ਟੀਨਾ ਕਿੱਥੇ ਆ, ਨਿਸ਼ਾਨੀ ਗੱਡੀ ਆ, ਹੈ ਰਹਿੰਦੇ ਪਿਆ ਉਸ 'ਚ, ਲੈ ਵੀ ਟੀਨਾ ਆਪਣੇ ਕੋਲ ਲਵਾਇਆ ਨਹੀਂ ਗਿਆ, ਅਤੇ ਜਾ ਕੇ ਲਵਾਵਾਂਗੇ ਪਿੰਡ ਹੀ, ਹੁਣ ਬਸ ਇੱਕ ਲੈ ਲਿਆ ਆਪਾਂ ਨਾਲ,
ਓਕੇ ਰਿਪੋਰਟ ਤੇ ਟੈਂਕੀ ਫੁੱਲ ਕਰਾਉਣੀ ਪੈਣੀ ਮੇਰੇ ਵੀਰੇ ਰਾਹ ਕਿਤੇ ਖਲੋ ਕੇ ਮੇਰੇ ਕੀ ਮੁੱਲ ਬਣਦਾ ਦੋਵਾਂ ਗੱਡੀਆਂ ਦੀ ਕਰਾਉਣੀ ਪੈਣੀ ਉੱਚੀ ਤੇਲ ਘੱਟ ਵੀ ਮਿੱਤਰਾਂ ਨੇ ਖਰੀਦੀਆਂ ਗੱਡੀਆਂ ਪਿੰਡ ਨੂੰ ਪਰ ਜਾਣਾ ਸਹਿਜੇ ਸਹਿਜੇ ਪੈਣਾ ਹੌਲੀ ਹੌਲੀ ਟਾਈਮ ਕਿੰਨਾ ਆ ਗਿਆ ਟਾਈਮ ਹੋਏ ਜੇ 7:30 ਅਤੇ ਬਾਬਾ ਸੁੱਖ ਰੱਖੇ ਆਪਾਂ ਪਹੁੰਚ ਜਾਂਗੇ ਪਿੰਡ 8:30 9:30-11 ਵਜੇ ਲੱਗੇ ਪਿੰਡ ਪਹੁੰਚਾਂਗੇ ਘਰਦਿਆਂ ਨੂੰ ਵੇਟ ਕਰਨੀ ਪੈਣੀ ਆ ਜੀ ਥੋੜ੍ਹੀ ਜਿਹੀ ਉਹੀ ਜਾ ਕੇ ਕੇਕ ਕਟਾਉਣਾ ਅਸੀਂ ਅਤੇ ਨਾਲੇ ਫੇਸ ਰਿਵੀਲ ਕਰਨਾ ਕਿਉਂ ਬਈ ਤਿਆਰ ਜੇ ਫਿਰ ਆ ਜਾਓ ਲੈ ਵੀ ਮਿੱਤਰਾ 7 ਵਜੇ ਤੁਰੇ ਸੀ 7:30 ਵਜੇ ਲੱਗੇ ਪਿੰਡ ਤੁਰੇ ਲਾ ਲਓ ਹਿਸਾਬ ਕਿ 8 ਵਜੇ ਲੱਗੇ ਹਜੇ ਹੀ ਮੋਹਾਲੀ ਦੇ ਵਿੱਚ ਕਿ ਟ੍ਰੈਫਿਕ ਇੰਨੀ ਕੁ ਜ਼ਿਆਦੀ ਆ ਮੈਂ ਨਿਸ਼ਾਨ ਨੂੰ ਕਿਹਾ ਵੀ ਮੈਂ ਜਾਂ ਦੁਪਹਿਰੇ ਤੁਰੀਏ ਤਾਂ ਰਾਤ ਜੇ ਅਸੀਂ ਤੁਰਦੇ ਸੂਤਰ ਵੀ ਨਹੀਂ ਆਉਂਦਾ ਸੀ ਹੁਣ ਤੁਰਨਾ ਇਹੋ ਪੈਣਾ ਜਾਂ ਸਵੇਰੇ ਤੜਕੇ ਤੁਰਨਾ ਪੈਣਾ ਤੜਕੇ ਲਾਉਣਾ ਸੂਤਰ ਨਹੀਂ ਆਇਆ ਮਿੱਤਰ ਮੁੰਡੇ ਨੇ ਤੁਹਾਡੇ ਵਾਸਤੇ ਟੋਫੀਆਂ ਲੈ ਕੇ ਆਏ ਕਹਿੰਦੇ ਵਿਹਲੇ ਬੈਠੇ ਚੱਬੀ ਲੇਸ ਨਹੀਂ ਫੜੇ ਹੁੰਦੇ ਲੇਸ ਮੈਗੀ ਖਾਣ ਦਾ ਇਰਾਦਾ ਬਣ ਡਿਆ ਹੈ ਮੈਗੀ ਨੂੰ ਦਿਲ ਕਰਨ ਡਿਆ ਤੇ ਹੈਰੀ ਨੂੰ ਪਿੱਛੇ ਘੱਲਿਆ ਫਲੈਟ ਦੇ ਵਿੱਚ ਆਪਣਾ ਕੋਈ ਸਮਾਨ ਰਹਿ ਗਿਆ ਸੀ ਹੈਰੀ ਨੂੰ ਵਾਪਸ ਭੇਜਿਆ ਸੋ ਜੇ ਤੇ ਹੈਰੀ ਉਦੋਂ ਤੱਕ ਪਹੁੰਚਦੇ ਪਹੁੰਚਦੇ ਆ ਗਿਆ ਠੀਕ ਆ ਨਹੀਂ ਤੇ ਮੈਗੀ ਵਾਲੀ ਥਾਂ ਤੇ ਖਲੋ ਕੇ ਵੇਟ ਕਰਾਂਗੇ ਹੈਰੀ ਦੀ ਨਾਲੇ ਮੈਗੀ ਖਾ ਲਾ ਵੀ ਮਿੱਤਰਾ ਜਲੰਧਰ 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 ਪਹੁੰਚ ਗਏ ਯਾਰ ਹੋਣੀ ਹੈ ਤੇ ਕੰਮ ਖਰਾਬ ਇਹ ਹੋਣ ਡਿਆ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਫੋਨ ਆਇਆ ਮੈਨੂੰ ਨਾਲਦਿਆਂ ਦਾ ਛੱਬੇ ਵੀਰ ਹੋਣਾਂ ਦਾ ਕਹਿੰਦੇ ਕਿ ਬਿਆਸ ਲੱਗੇ ਤੇ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਉਹ ਚੰਡੀਗੜ੍ਹ ਨੂੰ ਆਉਂਦੇ ਆ ਕਹਿੰਦੇ ਤੂੰ ਨਹੀਂ ਆਉਣਾ ਤੈਨੂੰ ਲੈਣ ਆਉਣ ਲੱਗੇ ਉਹ ਤੁਰ ਪਏ ਕਿਤੇ ਉਧਰੋਂ ਮੈਂ ਤਾਂ ਸਹਿ ਸੁਭਾਅ ਫੋਨ ਕੀਤਾ ਸੀ ਕਹਿੰਦੇ ਆ ਗਏ ਤੂੰ ਆਉਣ ਨਹੀਂ ਡਿਆ ਤੇ ਮੈਂ ਕਿਹਾ ਨਹੀਂ ਭਰਾਵਾ ਮੈਂ ਤਾਂ ਆਉਣ ਲੱਗਾ ਉਹ ਤਾਂ ਚੱਲ ਗਿਆ ਰੋਕ ਮੇਰੇ ਹਿਸਾਬ ਨਾਲ ਪਰ ਜੇ ਮੀਂਹ ਰੁਕ ਜਾਵੇ ਸਮਾਧ ਤਾਂ ਆਉਂਦਾ ਕਿਉਂਕਿ ਆਪਾਂ ਤਰਨ ਤਾਰਨ ਬਹੁਤ ਜ਼ਿਆਦਾ ਡੈਕੋਰੇਸ਼ਨ ਕੀਤੀ ਆ ਅਤੇ ਤਰਨ ਤਾਰਨ ਜੇ ਮੀਂਹ ਨਹੀਂ ਪਿਆ ਤਾਂ ਬਾਬਾ ਸੁੱਖ ਰੱਖਿਆ ਹਜੇ ਪਵੇ ਨਾ ਸਵੇਰੇ ਪੈ ਜੇ ਪਰ ਰਾਹ ਤੁਹਾਡੀ ਕਢਾ ਦੇ ਰੱਬਾ ਕਿਉਂਕਿ ਬਹੁਤ ਸਾਰੀਆਂ ਤਿਆਰੀਆਂ ਅਸੀਂ ਕਰ ਚੁੱਕੇ ਹਾਂ ਉੱਥੇ ਤਾਂ ਕਰਕੇ ਅਤੇ ਉਹ ਸਾਰਾ ਕੰਮ ਨਾ ਖਰਾਬ ਹੋਏ ਨਾ ਸਵਾਦ ਨਹੀਂ ਹੋਵੇ ਡਾਉਣਾ ਹੈ ਨਾ ਤਾਂ ਕਰਕੇ ਬਾਬਾ ਸੁੱਖ ਰੱਖ ਕੇ ਬਸ ਘੰਟੇ ਕੁ ਦਾ ਰਾਹ ਰਹਿ ਗਿਆ ਆਪਣਾ ਸੱਜਣਾ ਮਿੱਤਰਾਂ ਨੂੰ ਫੋਨ ਕਰਤਾ ਸੱਬਲ ਗੈਂਗ ਨੂੰ ਫੋਨ ਕੀਤਾ ਪਿੰਡ ਵਾਲੀ ਨੂੰ ਮਹਾਂਵੀਰ ਨੂੰ ਗੁਰੀ ਨੂੰ ਕਿਹਾ ਮੈਂ ਤੁਹਾਨੂੰ ਲਾਈਵ ਲੋਕੇਸ਼ਨ ਭੇਜਦਾ ਵਾ ਜਦੋਂ ਅਸੀਂ ਬਿਆਸ ਕਰੋਸ ਕਰਕੇ ਤੁਸੀਂ ਪਿੰਡੋਂ ਤੁਰ ਪਿਓ ਅਤੇ ਮੇਰ ਬਲਾਪ ਤਰਨ ਤਾਰਨ ਹੀ ਆਉਣਗੇ ਸੋ ਉਹ ਜਾਣ ਦੀ ਫੋਰਚੂਨਰ ਇੱਕ ਗੱਡੀ ਸਾਡੇ ਪਿੱਛੇ ਆਉਣ ਦੀ ਆ ਅਤੇ ਸਪੀਡ ਸਾਡੀ 100 ਦੀ ਆ 100 ਦੀ ਸਪੀਡ ਦਾ ਕਾਰਨ ਕਿਉਂਕਿ ਨਾਲ ਸਾਡੇ ਨਵਾਬ ਸਾਹਿਬ ਉਹਨਾਂ ਕਰਕੇ ਧੀਮੀ ਚਾਲ ਚੱਲਾਂਗੇ ਤਾਂ ਕਰਕੇ ਜਿੱਥੇ 2.5 ਘੰਟੇ ਦਾ ਰਾਹ ਸੀ ਉੱਥੇ ਸਾਨੂੰ 3-3.5 ਘੰਟੇ ਲੱਗਣਗੇ ਹੁਣ ਘੱਟੋ ਘੱਟ ਵੀ ਮੈਂ ਵੀ ਮਿੱਤਰਾ ਮੀਂਹ ਬਹੁਤ ਜ਼ਿਆਦਾ ਪੈਣ ਡਿਆ ਜੀ ਬਹੁਤ ਹੀ ਜ਼ਿਆਦਾ ਥਾਰ ਦੀਆਂ ਜੀ 2 ਦਿਨ ਕਮੀਆਂ ਮੈਨੂੰ ਫਿਰ ਲੱਭ ਗਈਆਂ ਜੀ ਹੈਂ ਦੱਸੋ ਦੱਸੋ ਤੁਹਾਨੂੰ ਗੱਲ ਵਾਲੇ ਬਲਾ ਉਹਦੇ ਵਿੱਚ ਅੱਜ ਆਪਣਾ ਫੰਕਸ਼ਨ ਅੱਜ ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਕੱਲ੍ਹ ਕਰਦੇ ਹਾਂ ਵਾਲੀ ਗੱਲ ਬਾਕੀ ਮੀਂਹ ਨੇ ਤਾਂ ਸਰਦੀਆਂ ਕਰਾਤੀਆਂ ਜੇ ਅਸੀਂ ਜਲੰਧਰ 'ਚ ਆ ਬਾਕੀ ਇਹ ਫੋਨ ਅਸੀਂ ਕੀਤਾ ਤਰਨ ਤਰਨ ਕਹਿੰਦੇ ਤਰਨ ਤਰਨ ਹੈ ਨਹੀਂ ਮੀਂਹ ਪਰ ਜਲੰਧਰ ਮੀਂਹ ਵਾਲੀ ਅੱਧ ਹੋ ਗਈ ਜੀ ਸ਼ੁਕਰ ਹੈ ਢਿੱਲੋ ਕਿਹੜਾ ਪਿੰਡ ਆਇਆ ਹੈ ਰਾਣੀ ਪੱਕਦੀ ਮਿੱਤਰਾ ਸੱਬਲ ਗੈਂਗ ਇਕੱਠੀ ਕਰ ਲਈ ਸਾਰੀ ਵੇਲਾ ਮੈਂ ਸਾਰੀ ਸੱਬਲ ਗੈਂਗ ਇਕੱਠੀ ਕਰ ਲਈ ਜੇ ਤੇ ਘਰ ਐਂਟਰੀ ਕਰਨ ਲੱਗੇ ਆ ਤਾਂ ਐਂਟਰੀ ਤੋਂ ਪਹਿਲਾਂ ਜਿਹੜੀਆਂ ਗੱਡੀਆਂ ਇਕੱਠੀਆਂ ਕੀਤੀਆਂ ਯਾਰ ਹੋਣਾਂ ਨੇ ਕਿਤੇ ਇਹੋ ਕੰਮ ਕਿਤੇ ਦਿਨੇ ਹੁੰਦਾ ਨਾ ਕਿਤੇ ਦਿਨੇ ਅਤੇ ਮੈਂ ਨਾ ਕਾਹਨੂੰ ਗੱਲਾਂ ਕਰਾਉਣੀਆਂ ਸੀ ਓਕੇ ਰਿਪੋਰਟ ਹੋਣਾ ਕੰਮ ਓਕੇ ਵਾਲਾ ਰਿਪੋਰਟ ਜੇ ਵੀ ਓਕੇ ਰਿਪੋਰਟ ਹੈ ਗਾੜੀ ਵੇਟ ਕਰਨੇ ਬਹੁਤ ਜ਼ਿਆਦਾ ਓਕੇ ਰਿਪੋਰਟ ਕੀਤਾ ਪਿਆ ਕੰਮ ਚੱਲੀ ਯਾਰ ਲਾ ਗੱਡੀ ਗਾੜੀ ਤੂੰ ਕਵਰ ਕਰ ਦਿਓ ਆਂਦੇ ਨਹੀਂ ਲਾ ਗੱਡੀ ਗਾੜੀ ਚਲਾ ਭੰਗ ਹਾਂ ਗੱਡੀ ਤੇਰੀ ਵਿਚਕਾਰ ਲਾ ਦਈਏ ਦੋਵੇਂ ਇੱਕ ਥਰ ਅੱਗੇ ਇੱਕ ਥਰ ਪਿੱਛੇ ਤੂੰ ਗੱਡੀ ਵਿਚਕਾਰ ਲਾ ਨਾ ਨਾ ਵਿਚਕਾਰ ਲਾ ਇਹਦੇ ਪਿੱਛੇ ਲਾਈ ਗੱਡੀ ਹੈ ਬਾਰਲੇਟ ਨਾ ਨਹੀਂ ਆਉਣਾ ਫਿਰ ਉਹ ਵੀਡੀਓ ਨਹੀਂ ਬਣਨੀ ਵਿੱਚ ਉਹ ਵਲੋਗ ਬਣਾਉਣੇ ਦਾ ਨਿਸ਼ਾਨ ਉਹ ਨਹੀਂ ਬਣਨਾ ਇਹਦੇ ਇਹਦੇ ਫੋਰਚੂਨਰ ਪਿੱਛੇ ਲਾਉਣੀ ਠੀਕ ਆ ਚੱਲ ਭਾਂਜੇ ਬਹਿ ਲੈ ਬਈ ਮਿੱਤਰਾ ਇਹੋ ਚੀਜ਼ਾਂ ਹੁੰਦੀਆਂ ਰੌਣਕ ਮੇਲਾ ਹੈਂ ਯਾਦ ਰੱਖੂਗਾ ਨਵਾਬ ਬਈ ਇਹ ਤਾਏ ਹੋਣਾਂ ਨੇ ਕੀ ਕੁਝ ਕੀਤਾ ਸੀ ਤਾਏ ਹੋਣਾਂ ਨੇ ਐਂਟਰੀ ਕਰਾਈ ਐਂਟਰੀ ਕਰਾਈ ਤੇ ਕਿੱਦਾਂ ਕਰਾਈ ਕਿਤੇ ਹੈਂ ਇੱਕ ਨਾ ਮੀਂਹ ਦੇ ਕਰਕੇ ਕੰਮ ਥੋੜਾ ਲੇਟ ਹੁੰਦਾ ਰਿਹਾ ਕਿਤੇ ਮੀਂਹ ਨਾ ਨਾ ਪੈਂਦਾ ਹੋਵੇ ਸਾਨੂੰ ਹਜੇ ਸ਼ਿਓਰਟੀ ਨਹੀਂ ਆਜੂ ਜੇ ਮੀਂਹ ਪੈਂਦਾ ਤਾਂ ਜਾ ਕੰਮ ਨਹੀਂ ਹੋਣਾ ਸੀ ਲੈ ਬਈ ਮਿੱਤਰਾ ਵੇਖ ਢੋਲੋ ਢੋਲੀਆ ਬਈ ਕੰਮ ਢੋਲੋ ਢੋਲੀ ਵੇ ਇੱਧਰ ਵੇਖ ਤੂੰ ਬਲਾ ਬਲਾ ਹੀ ਬਈ ਬਲਾ ਬਲਾ ਤੇਰਾ ਭਲਾ ਜੇ ਹੈਂ
ਸਟੈਪ ਜੇਤਾ ਨਹੀਂ ਭੁੱਲਦੇ ਵੇਖੀ ਆ ਤੂੰ ਕੀ ਬਣਦਾ ਹੁਣ ਸਟੈਪੋ ਸਟੈਪ ਹੀ ਹੋਣਾ ਕੰਮ चलो बी वे करते पे सब इंतजार कर बहुत लेट करता अपा इन्हों Thank you.
ਸਿੰਘੂ ਬਾਹਰਲਾ ਗੇਟ ਮਾਰ ਕੇ ਬਾਹਰ ਜਾਵੇ ਕੋਈ शगन करना केक का खाने आप चलिए चिमचे लाइए फड़के चादर जी लाई चल पुत सोना है अपना भी सोना तो पिछे तुर वा सोना ही अज का सोना ओ अज का वेख्या सोना पहले चल गया तैयारी कर लगा सोना किने ये यूपीआई नंबर यूपी नंबर लिया अही बधाई ओ देनी ओए अही बधाई ओए
ਅਸੀਂ ਵਧਾਈ ਉਹਦੇ ਨੀ ਪੰਜਾਬ ਨੰਬਰ ਲੱਗ ਗਿਆ ਇਹ ਆਹ ਬੰਦੇ ਦੀ ਗੱਲ ਆ ਇਹਨਾਂ ਬੰਦੇ ਮੈਨੂੰ ਕਿਹਾ ਯਾਰ ਨੇ ਕਹਿੰਦੇ ਜਦੋਂ ਪੰਜਾਬ ਨੰਬਰ ਲੱਗਾ ਵਧਾਈ ਉਹ ਦੇਣੀ ਆ ਇਹ ਗੱਲ ਮੈਨੂੰ ਸਿਮੂ ਨੇ ਕਹੀ ਭਾਵੇਂ ਭਾਜ ਨੇ ਕਹੀ ਕਿੱਥੇ ਆ ਕਿੰਨੇ ਮਾਰਤਾ ਆ ਤੇਰਾ ਭਾਜੇ ਨਿਸ਼ਾਨ ਕਿਲਾ ਗੱਡੀ ਪਿੱਛੇ ਕਰ ਮਾੜੀ ਜੀ ਸ਼ਗਨ 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 ਓਏ ਸ਼ਗਨ ਤੇ ਪਰ ਉਧਰ ਸ਼ਗਨ ਉਧਰ ਸ਼ਗਨ ਉਧਰ ਤਗੜਾ ਆ ਦਣਾ ਬਾਹਰ ਤਗੜਾ ਸ਼ਗਨ ਕੀਤਾ ਤੈਨੂੰ ਮੈਂ ਰਾਜ ਆ ਲੈਟ ਤੈਨੂੰ ਖਾਉਂ ਸਿਰ ਇੱਧਰ ਲਈ ਐ ਪਸਾ ਸ਼ਗਨ ਮੈਂ ਕਰਤਾ ਮੈਂ ਹਾਂ ਇਹਨਾਂ ਕੋਈ ਚੱਕਰ ਨਹੀਂ ਨਹੀਂ ਕੀ ਯਾਰ ਗੱਡੀਆਂ ਬਾਹਰ ਸੁੱਟ ਲੀਆਂ ਬਾਹਰ ਬੈਂਦਾ ਪ੍ਰੋਗਰਾਮ ਆ ਹੈਂ ਬਾਹਰ ਮੈਂ ਨਾ ਗੱਡੀਆਂ ਪੰਜ ਕੋਰ ਲਿਆ ਬਜ਼ਾਰੋਂ ਜੇ ਮਿਲਦੀਆਂ ਨਹੀਂ ਤੇ ਗੋਲ ਸਰਾਣੇ ਸੁੱਟ ਲਈ ਹੋਰ ਕੀ ਆ ਘੇਰੇ ਘਰੇ ਉਹ ਜਿਹੜਾ ਮਾਹੌਲ ਨਹੀਂ ਬਣਦਾ ਹੁੰਦਾ ਘੇਰੇ ਘਰੇ ਵਾਲਾ ਵਿਚਕਾਰ ਨੱਚਣਗੇ ਜਿਹੜਾ ਲਾਈ ਹੋਊ ਵਿਚਕਾਰ ਨੱਚੀ ਜਾਊਗਾ ਕੀ ਲਾਈ ਹੋ ਮੈਨੂੰ ਇਹ ਆਪ ਨਹੀਂ ਪਤਾ ਸੋਹਣਾ ਸੋਹਣਾ ਮਿੱਤਰ ਕਹਿੰਦੇ ਕੌਣ ਆ ਗਿਆ ਕਹਿੰਦੇ ਸ਼ਾਹ ਠੰਡਾ ਲੈ ਕੇ ਆ ਗਿਆ ਪਾਣੀ ਠੰਡਾ ਆ ਨਹੀਂ ਠੰਡਾ ਠੰਡਾ ਹੈਗਾ ਅਸਲ 'ਚ ਕਿ ਨਹੀਂ ਚਿਲ ਡਿਆ ਲਿਆ ਮੈਨੂੰ ਪਾ ਯਾਰ ਮਾੜਾ ਜਿਹਾ ਓਏ ਉਹ ਪਿੱਛੇ ਖਜ਼ਾਨੇ ਵਾਲੀਆਂ ਪੇਟੀਆਂ ਪਈਆਂ ਧਿਆਨ ਰੱਖੀ ਮੰਨੇ ਧਿਆਨ ਰੱਖੀ ਖਜ਼ਾਨੇ ਵਾਲੀ ਪੇਟੀਆਂ ਦੀ ਭੈਣ ਰੋਟੀ ਆ ਜੀ ਕਹਿੰਦੇ ਰੋਟੀ ਮੰਨੇ ਆਪਣੀ ਇੱਥੇ ਬੜਾ ਪੈ ਇੱਥੇ ਪੈ ਖਾਣੀ ਉਹ ਤੇਰਾ ਭਲਾ ਏ ਤੇਰਾ ਮਾਰਦੀਆਂ ਬੂਦੀਆਂ ਗਰਮ ਜਾਦੀਆਂ ਕੋਈ ਨੀ ਕੋਈ ਇੱਥੇ ਆਓ ਇੱਥੇ ਇੱਥੇ ਯਾਰ ਬਣ